اللہم صلی علی محمد و علی آل محمد۔ السلام علیکم دوستو، میں تجمل سرور چوک آزم، تو تسی دیکھ رہے ہو میرا یوٹیوب چینل پنڈ دا منڈا 401۔ ہمیشہ دی طرح تمام نئے آن والے دوستوں نوں ریکویسٹ ہے کہ ساڈے چینل نوں سبسکرائب کرو، زیادہ تو زیادہ شیئر کرو، اور نال لگے ہوئے گھنٹی دے بٹن نوں دبانا مت بھولنا، تاکہ ساڈی ہر نئی مزید آن والی ویڈیو دا نوٹیفکیشن تواڈے تک بآسانی پہنچ سکے۔ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਬਹੁਤ ਹੀ ਪੁਰਾਣੇ ਔਰ ਕਦੀਮੀ ਖੰਡਰਾਤ 'ਤੇ। ਜਿਸ ਤਰ੍ਹਾਂ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋ, ਅਸੀਂ ਆਏ ਹੋਏ ਹਾਂ ਸ਼ੋਰਕੋਟ, ਔਰ ਇਹ ਜਿਹੜਾ ਮਤਲਬ ਜਿਸ ਜਗ੍ਹਾ 'ਤੇ ਅਸੀਂ ਖੜ੍ਹੇ ਹਾਂ, ਜਿਸ ਏਰੀਏ ਦੇ ਵਿੱਚ ਅਸੀਂ ਖੜ੍ਹੇ ਹਾਂ, ਇਹ ਪੂਰੇ 'ਤੇ ਪੂਰਾ ਪੁਰਾਣਾ ਜਿਹੜਾ ਸ਼ੋਰਕੋਟ ਹੁੰਦਾ ਸੀ ਗਰਕ ਹੋਇਆ ਸੀ। ਔਰ ਇਹ ਕਿਸ ਤਰ੍ਹਾਂ ਗਰਕ ਹੋਇਆ ਸੀ ਔਰ ਅੱਜ ਇਸ ਦੇ ਅਸਾਰ ਦੇ ਵਿੱਚ ਕਿਹੜੀ ਕਿਹੜੀ ਐਸੀ ਜਿਹੜੀ ਉਹ ਖੌਫਨਾਕ ਚੀਜ਼ਾਂ ਜਿਹੜੀਆਂ ਉਹ ਮਿਲਦੀਆਂ ਨੇ ਜਾਂ ਸਾਹਮਣੇ ਨਜ਼ਰ ਆਉਂਦੀਆਂ ਨੇ, ਉਹ ਸਾਰਾ ਕੁਝ ਅਸੀਂ ਤੁਹਾਡੇ ਨਾਲ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਤਹਿਸੀਲ ਸ਼ੋਰਕੋਟ ਦਰਿਆਏ ਚਨਾਬ ਦੇ ਸੰਗਮ 'ਤੇ ਵਾਕੇ ਇੱਕ ਖਾਸ ਅਹਿਮੀਅਤ ਦਾ ਹਾਮਲ ਸ਼ਹਿਰ ਹੈ। ਇਸ ਸ਼ਹਿਰ ਦੀ ਤਾਰੀਖ ਹੜੱਪਾ, ਮੋਹਿੰਜੋਦੜੋ ਔਰ ਅਹਿਰਾਮੇ ਮਿਸਰ ਤੋਂ ਵੀ ਜ਼ਿਆਦਾ ਪੁਰਾਣੀ ਹੈ। ਯਕੀਨਨ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਸ਼ਹਿਰ ਨੂੰ ਫਰਾਉਨ ਨੇ ਤਾਮੀਰ ਕੀਤਾ ਸੀ। ਇਸ ਲਈ ਇਸ ਸ਼ਹਿਰ ਦੀ ਤਾਰੀਖ ਹਜ਼ਾਰਾਂ ਸਾਲ ਪੁਰਾਣੀ ਹੈ। ਮੁਖਤਲਫ ਅਦਵਾਰ ਵਿੱਚ ਮੁਖਤਲਫ ਅਕਵਾਮ ਨੇ ਇਸ ਇਲਾਕੇ 'ਤੇ ਆਪਣੀ ਹਕੂਮਤ ਕਾਇਮ ਕੀਤੀ। ਸ਼ੋਰਕੋਟ ਦੇ ਪੁਰਾਣੇ ਖੰਡਰਾਤ ਇਸ ਚੀਜ਼ ਦਾ ਵਾਜ਼ੇ ਸਬੂਤ ਨੇ ਕਿ ਇਹ ਸ਼ਹਿਰ ਕਿਸੇ ਦੌਰ ਅੰਦਰ ਇੱਕ ਅਜ਼ੀਮ ਸਲਤਨਤ ਦਾ ਦਰਜਾ ਰੱਖਦਾ ਸੀ। ਦੋਸਤੋ, ਸ਼ੋਰਕੋਟ ਪਾਕਿਸਤਾਨ ਦੇ ਸੂਬਾ ਪੰਜਾਬ ਦਾ ਇੱਕ ਕਦੀਮੀ ਸ਼ਹਿਰ ਹੈ ਜਿਹੜਾ ਜ਼ਿਲ੍ਹਾ ਜੰਗ ਵਿੱਚ ਵਾਕਿਆ ਆ। ਇਹ ਤਹਿਸੀਲ ਸ਼ੋਰਕੋਟ ਦਾ ਸਦਰ ਮੁਕਾਮ ਹੈ। ਇਸ ਦੀਆਂ 29 ਯੂਨੀਅਨ ਕੌਂਸਲਾਂ ਨੇ। ਇਹ ਸ਼ਹਿਰ ਸੂਫੀ ਬਜ਼ੁਰਗ ਹਜ਼ਰਤ ਸਖੀ ਸੁਲਤਾਨ ਬਾਹੂ ਰਹਿਮਤੁੱਲਾ ਅਲੈਹ ਦੀ ਵਜ੍ਹਾ ਤੋਂ ਵੀ ਮਸ਼ਹੂਰ ਹੈ। ਕਿਲ੍ਹਾ ਸ਼ੋਰਕੋਟ ਦੀ ਬੁਨਿਆਦ ਮਸ਼ਹੂਰ ਰਾਜਾ ਈਸ਼ੋਰ ਨੇ ਰੱਖੀ ਸੀ, ਇਸ ਲਈ ਇਸ ਇਲਾਕੇ ਨੂੰ ਸ਼ੋਰਕੋਟ ਦੇ ਨਾਮ ਤੋਂ ਮੌਸੂਮ ਕਰ ਦਿੱਤਾ ਗਿਆ। ਯਾਨੀ ਸ਼ੋਰ ਦਾ ਲਫਜ਼ ਈਸ਼ੋਰ ਤੋਂ ਮਾਖੂਜ਼ ਹੈ, ਜਬਕਿ ਕੋਟ ਲਫਜ਼ ਦੇ ਮਾਨੀ ਕਿਲ੍ਹਾ, ਹਸਾਰ, ਗੜ੍ਹ ਜਾਂ ਸ਼ਹਿਰੇ ਪਨਾਹ ਹੈ। ਤਹਿਸੀਲ ਸ਼ੋਰਕੋਟ ਦਾ ਪਸੇ ਮੰਜ਼ਰ 10,000 ਸਾਲ ਪੁਰਾਣਾ ਹੈ। ਪ੍ਰੋਫੈਸਰ BS ਟਲੂਨ ਦੇ ਮੁਤਾਬਕ ਇਸ ਦਾ ਤਾਰੀਖੀ ਨਾਮ ਸਿੱਬੀਪੁਰਾ ਜਾਂ ਸ਼ੇਵਪੁਰਾ ਸੀ। ਪੂਰਾ ਸੰਸਕ੍ਰਿਤ ਜ਼ੁਬਾਨ ਦਾ ਲਫਜ਼ ਹੈ ਜਿਸ ਦਾ ਮਾਨੀ ਹੈ ਸ਼ਹਿਰ, ਔਰ ਸਿੱਬੀ ਇੱਕ ਕੌਮ ਸੀ ਜਿਹੜੀ ਅੱਜ ਵੀ ਸ਼ੋਰਕੋਟ ਅੰਦਰ ਖਾਸੀ ਤਾਦਾਦ ਨਾਲ ਆਬਾਦ ਹੈ। ਦੋਸਤੋ, ਯੂਨਾਨੀ ਤਾਰੀਖਦਾਨ ਡੈਵਿਡਵਰਸ ਆਰਿਆਨ ਔਰ ਅਸਟੇਬੋ ਦੇ ਮੁਤਾਬਕ ਸਿਕੰਦਰੇ ਆਜ਼ਮ ਨੇ ਜਦੋਂ ਪੰਜਾਬ 'ਤੇ ਹਮਲਾ ਕੀਤਾ, ਉਸ ਵਕਤ ਸਿੱਬੀਪੁਰਾ ਦੇ ਆਸ ਪਾਸ ਦੇ ਇਲਾਕੇ 'ਤੇ ਸਿੱਬੀ ਕਬਾਇਲ ਦੇ ਲੋਕਾਂ ਦਾ ਕਬਜ਼ਾ ਸੀ। ਸ਼ਹਿਰ ਦੀ ਤਾਰੀਖ ਆਬਾਦੀ ਤੋਂ ਬਾਹਰ ਵਾਕੇ ਟਿੱਬਿਆਂ ਵਿੱਚ ਛੁਪੀ ਹੋਈ ਹੈ। ਤਾਰੀਖ ਖੰਗਾਲ ਕੇ ਦੇਖੀਏ ਤਾਂ ਸ਼ੋਰਕੋਟ ਜੰਗ ਤੋਂ ਵੀ ਪੁਰਾਣੀ ਤਾਰੀਖ ਰੱਖਦਾ ਹੈ। ਤਾਰੀਖਦਾਨ ਬਲਾਲ ਜ਼ੁਬੈਰੀ ਆਪਣੀ ਕਿਤਾਬ ਤਾਰੀਖੇ ਜੰਗ ਵਿੱਚ ਲਿਖਦੇ ਨੇ ਕਿ ਇਹ ਸ਼ਹਿਰ ਮੁਖਤਲਫ ਅਦਵਾਰ ਵਿੱਚ ਮੁਖਤਲਫ ਨਾਮਾਂ ਤੋਂ ਪੁਕਾਰਿਆ ਜਾਂਦਾ ਰਿਹਾ ਹੈ, ਜਿਸ ਤਰ੍ਹਾਂ ਸਮੀਰਕੋਟ, ਆਸ਼ੋਰਕੋਟ, ਈਸ਼ੋਰਕੋਟ, ਸ਼ੇਵਕੋਟ, ਸੋਰਕੋਟ, ਸ਼ੋਰਕੋਟ ਵਗੈਰਾ। ਉਹਨਾਂ ਦੇ ਮੁਤਾਬਕ ਇੱਥੇ ਮੌਜੂਦ ਖੰਡਰਾਤ ਸਾਬਤ ਕਰਦੇ ਨੇ ਕਿ ਹਜ਼ਾਰ ਸਾਲ ਕਬਲ ਮਸੀਹ ਵੀ ਇੱਥੇ ਜ਼ਿੰਦਗੀ ਦੇ ਆਸਾਰ ਮੌਜੂਦ ਸਨ। ਇਸ ਬਾਰੇ ਵਿੱਚ ਮਜ਼ੀਦ ਲਿਖਦੇ ਨੇ ਕਿ ਤਾਰੀਖ ਵਿੱਚ ਇਹ ਗੱਲ ਦਰਜ ਹੈ ਕਿ ਇਹ ਸ਼ਹਿਰ ਕਦੀਮ ਤਰੀਨ ਕਬਾਇਲ ਸਮੀਰੀਆਂ, ਬਾਬਲੀਆਂ ਔਰ ਅਸ਼ੋਰੀਆਂ ਦੇ ਤਹਿਜ਼ੀਬੋ ਤਮੱਦਨ ਦਾ ਗਹਿਵਾਰਾ ਰਿਹਾ ਹੈ। ਸ਼ਹਿਰ ਦੇ ਬਾਰੇ ਇਹ ਵੀ ਮਸ਼ਹੂਰ ਹੈ ਕਿ ਫਰਾਉਨ ਸਿਆਸਤਰਸ ਨਾਮੀ ਸਿੱਪਾ ਸਲਾਰ ਨੇ ਇਸ ਦੀ ਬੁਨਿਆਦ 10,000 ਕਬਲ ਮਸੀਹ ਤੋਂ ਵੀ ਪਹਿਲੇ ਰੱਖੀ, ਔਰ ਆਪਣੇ ਖੁਦਾ ਦੇ ਨਾਮ ਨਾਲ ਮਨਸੂਬ ਕਰਦਿਆਂ ਹੋਇਆਂ ਉਸ ਨੂੰ ਸ਼ੋਰਕੋਟ ਦਾ ਨਾਮ ਦੇ ਦਿੱਤਾ। ਸ਼ੋਰਕੋਟ ਦੇ ਅਕਬ ਵਿੱਚ ਕਦੀਮ ਕਿਲ੍ਹਾ ਭਿੜ ਦੇ ਆਸਾਰ ਵਾਕੇ ਨੇ ਜਿਹੜਾ ਸਮੀਰੀ ਕਬਾਇਲ ਨੇ ਆਬਾਦ ਕੀਤਾ ਸੀ, ਔਰ ਇਹ ਕਿਲ੍ਹਾ ਸਮੀਰੀਆਂ ਤੋਂ ਬਾਅਦ ਕਈ ਦੀਗਰ ਕਦੀਮ ਕਬਾਇਲ ਆਰਿਆ, ਭੇਲ, ਦਰਾਵੜ ਔਰ ਅਸ਼ੂਰੀਆਂ ਦਾ ਮਸਕਣ ਰਿਹਾ। ਦੋਸਤੋ, 325 ਕਬਲ ਮਸੀਹ ਵਿੱਚ ਸਿਕੰਦਰੇ ਆਜ਼ਮ ਜਦੋਂ ਹਿੰਦੁਸਤਾਨ 'ਤੇ ਹਮਲਾਵਰ ਹੋਇਆ
ਅਤੇ ਉਹ ਮੁਖਤਲਫ ਇਲਾਕਿਆਂ 'ਚੋਂ ਹੁੰਦਾ ਹੋਇਆ ਸ਼ੋਰਕੋਟ ਪਹੁੰਚਿਆ। ਉਸ ਵਕਤ ਇੱਥੇ ਕਠੇਠ ਔਰ ਮਲ ਕਬਾਇਲ ਆਬਾਦ ਸਨ। ਮੋਰਖੀਨ ਲਿਖਦੇ ਨੇ ਕਿ ਸਿਕੰਦਰ ਆਜ਼ਮ 2 ਮਾਹ ਤੱਕ ਇਸ ਕਿਲ੍ਹੇ ਦਾ ਮੁਆਸਰਾ ਕਰਨ ਦੇ ਬਾਵਜੂਦ ਇਸ ਨੂੰ ਫਤਿਹ ਨਾ ਕਰ ਸਕਿਆ ਅਤੇ ਗੁੱਸੇ ਨਾਲ ਸੀਖ ਪਾ ਹੋ ਕੇ ਉਸ ਨੂੰ ਬਾਹਰੀ ਮੰਜਨੀਕਾਂ ਦੀ ਮਦਦ ਨਾਲ ਤਬਾਹ ਕਰ ਦਿੱਤਾ। ਇਸ ਲਈ ਇਸ ਦਾ ਨਾਮ ਭਿੜ ਰੱਖ ਦਿੱਤਾ ਗਿਆ। ਭਿੜ ਦਾ ਮਤਲਬ ਤਬਾਹ ਹੋਣ ਦੇ ਨੇ। ਸਿਕੰਦਰ ਆਜ਼ਮ ਦੇ ਗੈਜ਼ੋ ਗਜ਼ਬ ਤੋਂ ਬਚ ਜਾਣ ਵਾਲਿਆਂ ਨੇ ਕਿਲ੍ਹਾ ਦੇ ਸ਼ੁਮਾਲ ਵਿੱਚ ਮੁਖਤਲਫ ਜਗ੍ਹਾ 'ਤੇ ਆਪਣੀ ਅਲੱਗ ਤੋਂ ਬਸਤੀਆਂ ਆਬਾਦ ਕਰ ਲਈਆਂ। ਤਾਰੀਖਦਾਨ ਯਾਕੂਬੀ ਦੇ ਮੁਤਾਬਕ ਮੁਹੰਮਦ ਬਿਨ ਕਾਸਮ ਨੇ 712 ਵਿੱਚ ਜਦੋਂ ਸਿੰਧ ਨੂੰ ਫਤਿਹ ਕੀਤਾ ਅਤੇ ਉਸਨੇ ਸਿੰਧ ਤੋਂ ਚਨਿਓੜ ਤੱਕ ਦੀਆਂ ਮੁਖਤਲਫ ਰਿਆਸਤਾਂ ਨੂੰ 5 ਸੂਬਿਆਂ ਵਿੱਚ ਤਕਸੀਮ ਕਰ ਦਿੱਤਾ, ਜਿਨ੍ਹਾਂ ਨੂੰ ਰੋੜ ਯਾਨੀ ਰੋੜੀ, ਮੁਲਤਾਨ, ਬਰਮਾਪੁਰ ਯਾਨੀ ਸ਼ੋਰਕੋਟ, ਜੰਦੌਰ ਯਾਨੀ ਚਨਿਓੜ, ਕੋਟ ਕਰੋੜ ਦੇ ਨਾਮ ਦੇ ਦਿੱਤੇ ਗਏ। ਬਲਾਲ ਜ਼ੁਬੈਰੀ ਮਜ਼ੀਦ ਲਿਖਦੇ ਨੇ ਕਿ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਅਹਿਦ ਵਿੱਚ ਸ਼ੋਰਕੋਟ, ਜੰਗ ਔਰ ਕੋਟ ਕਰੋੜ ਨੂੰ ਸੂਬਾ ਮੁਲਤਾਨ ਵਿੱਚ ਸ਼ਾਮਲ ਕਰ ਦਿੱਤਾ ਗਿਆ ਸੀ। ਅਗਰਚੇ ਇਹ ਸ਼ਹਿਰ ਮੁਖਤਲਫ ਅਦਵਾਰ ਵਿੱਚ ਕਈ ਤਹਿਜ਼ੀਬਾਂ ਦਾ ਗਹਿਵਾਰਾ ਰਿਹਾ ਹੈ ਔਰ ਤਾਰੀਖੀ ਐਤਬਾਰ ਨਾਲ ਵੀ ਇਹ ਲਾਹੌਰ ਤੋਂ ਜ਼ਿਆਦਾ ਪੁਰਾਣਾ ਹੈ, ਲੇਕਿਨ ਅੱਜ ਜਿਹੜਾ ਮੁਕਾਮ ਲਾਹੌਰ ਜਾਂ ਮੁਲਤਾਨ ਨੂੰ ਹਾਸਲ ਹੈ, ਅਫਸੋਸ ਕਿ ਇਸ ਸ਼ਹਿਰ ਨੂੰ ਕਦੇ ਵੀ ਹਾਸਲ ਨਾ ਹੋਇਆ। ਅੱਛਾ, ਇਹ ਦੇਖੋ, ਸਾਨੂੰ ਇਸ ਜਗ੍ਹਾ 'ਤੇ ਇੱਕ ਨਾ ਮਤਲਬ ਹੈ ਬਹੁਤ ਸਾਰੀਆਂ ਪੁਰਾਣੇ ਵਕਤਾਂ ਦੇ ਵਿੱਚ ਜਿਹੜੀਆਂ ਇਹ ਤੁਸੀਂ ਦੇਖ ਰਹੇ ਹੋ, ਇਹ ਜਿਸ ਤਰ੍ਹਾਂ ਮਿੱਟੀ ਦੇ ਹੁੰਦੇ ਨੇ, ਆਪਣਾ ਕੱਚੇ ਬਰਤਨ ਹੁੰਦੇ ਨੇ, ਇਹ ਉਹ ਚੀਜ਼ਾਂ ਜਿਹੜੀਆਂ ਉਹ ਪਈਆਂ ਹੋਈਆਂ ਨੇ, ਮੁਖਤਲਫ ਚੀਜ਼ਾਂ ਨੇ, ਔਰ ਇਸ ਦੇ ਅੰਦਰ ਜਿਹੜੀਆਂ ਇਨਸਾਨੀ ਹੱਡੀਆਂ ਨੇ ਜਾਂ ਜਾਨਵਰਾਂ ਦੀਆਂ ਹੱਡੀਆਂ ਨੇ, ਉਹ ਵੀ ਜਿਹੜਾ ਆਪਣਾ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਮੌਜੂਦ ਨੇ, ਉਹ ਵੀ ਅਸੀਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਂਦੇ ਹਾਂ। ਔਰ ਇੱਕ ਚੀਜ਼ ਹੋਰ ਜਿਹੜੀ ਇਸ ਜਗ੍ਹਾ 'ਤੇ ਬੜੀ ਖਤਰਨਾਕ ਹੈ ਕਿ ਜਗ੍ਹਾ ਜਗ੍ਹਾ 'ਤੇ ਬਹੁਤ ਗਹਿਰੇ ਖੱਡੇ ਨੇ, ਔਰ ਇੱਕ ਜਗ੍ਹਾ 'ਤੇ ਅਸੀਂ ਦੇਖ ਰਹੇ ਸੀ ਕਿ ਆਪਣਾ ਜਿਹੜਾ ਪਿਆ ਹੋਇਆ ਸੀਗਾ ਕਿ ਜਿਸ ਤਰ੍ਹਾਂ ਪੁਰਾਣੇ ਦੌਰ ਦੇ ਵਿੱਚ ਸ਼ਾਇਦ ਕੋਈ ਬਿਲਡਿੰਗ ਤਮੀਰ ਹੋਈ ਹੋਵੇ ਜਾਂ ਕੋਈ ਕਮਰਾ ਜਾਂ ਦੀਵਾਰ ਜਿਹੜੀ ਆ, ਇਸ ਤਰ੍ਹਾਂ ਬਿਲਕੁਲ ਲੱਗ ਰਿਹਾ ਕਿ ਆਪਣਾ ਸੇਫ ਹਾਲਤ ਦੇ ਵਿੱਚ ਮੌਜੂਦ ਆ। ਅਸੀਂ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰਾਂ ਕਿਉਂਕਿ ਇੱਥੇ ਜਿਹੜੇ ਗੜੇ ਨੇ, ਖੱਡੇ ਨੇ, ਉਹ ਬਹੁਤ ਜ਼ਿਆਦਾ ਗਹਿਰੇ ਨੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰਾ ਕੁਝ ਤੁਹਾਨੂੰ ਅਸੀਂ ਇਸ ਆਪਣੀ ਵੀਡੀਓ ਦੇ ਅੰਦਰ ਐਕਸਪਲੋਰ ਕਰਕੇ ਦਿਖਾ ਸਕੀਏ। ਇਹ ਦੇਖ ਸਕਦੇ ਤੁਸੀਂ ਜਿਹੜਾ ਆਪਣਾ ਇਹ ਜਗ੍ਹਾ ਜਗ੍ਹਾ 'ਤੇ ਪਏ ਹੋਏ ਨੇ ਮਿੱਟੀ ਦੇ ਜਿਹੜੇ ਕੱਚੇ ਬਰਤਨ ਹੁੰਦੇ ਸੀਗੇ ਉਸ ਦੌਰ ਦੇ ਵਿੱਚ। ਇਹ ਦੇਖੋ, ਇਹ ਜਿਹੜੇ ਮਿੱਟੀ ਦੇ ਕੱਚੇ ਬਰਤਨ ਹੁੰਦੇ ਸੀ, ਇਹ ਜਗ੍ਹਾ ਜਗ੍ਹਾ 'ਤੇ ਮਤਲਬ ਇਸ ਤਰ੍ਹਾਂ ਬਿਖਰੇ ਪਏ ਨੇ। ਔਰ ਇਹ ਦੇਖੋ, ਇਸ ਦਾ ਜਿਹੜਾ ਇਹ ਜਿਹੜਾ ਬਰਤਨ ਹੈ, ਇਹਦਾ ਕਲਰ ਆ ਉਹ ਬਿਲਕੁਲ ਬਲੈਕ ਹੈ। ਸ਼ਾਇਦ ਉਸ ਦੌਰ ਦੇ ਵਿੱਚ ਜਿਹੜਾ ਕਲਰ ਵਗੈਰਾ ਤਾਂ ਨਹੀਂ ਕਹਿ ਸਕਦੇ, ਕਿਉਂਕਿ ਅੰਦਰ ਵਾਲੀ ਸਾਈਡ ਜਿਹੜੀ ਇਹਦੀ ਤੁਸੀਂ ਦੇਖ ਰਹੇ ਹੋ, ਇਹਦੀ ਬਿਲਕੁਲ ਬਲੈਕ ਹੈ। ਸ਼ਾਇਦ ਇਹ ਜਿਹੜਾ ਕਾਲਾ ਪੱਥਰ ਹੋਏਗਾ, ਬਲੈਕ ਪੱਥਰ ਹੋਏਗਾ, ਉਹਨਾਂ ਦੇ ਨੇ। ਔਰ ਇੱਕ ਚੀਜ਼ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਇਹ ਛੋਟਾ ਜਿਹਾ ਤੁਸੀਂ ਇਹ ਕੰਕਰ ਦੇਖੋ, ਇਹਦੇ ਉੱਤੇ ਇੱਕ ਬਣਿਆ ਹੋਇਆ ਯਾਨੀ ਕਿ ਕਹਿ ਸਕਦੇ ਹੋ ਕਿ ਨਕਸ਼ਨਕਾਰੀ ਹੋਈ ਆ ਇਸ ਦੇ ਉੱਤੇ। ਮਤਲਬ ਬਰਤਨਾਂ ਦੇ ਜਿਹੜੇ ਹੁੰਦੇ ਸੀ ਮਿੱਟੀ ਦੇ ਕੱਚੇ ਬਰਤਨ, ਉਹਨਾਂ ਦੇ ਉੱਤੇ ਵੀ ਨਕਸ਼ਨਕਾਰੀ ਉਸ ਦੌਰ ਦੇ ਵਿੱਚ ਵੀ ਕਰਦੇ ਹੁੰਦੇ ਸੀ। ਅੱਛਾ, ਦੀਵਾਰਾਂ ਦੇ ਵਿੱਚ ਇਹ ਜਿਹੜੇ ਖੱਡੇ ਨੇ, ਗੜੇ ਨੇ, ਇਹ ਦੇਖ ਰਹੇ ਹੋ ਕਾਫੀ ਗਹਿਰੇ ਨੇ। ਔਰ ਇਹਨਾਂ ਦੀਆਂ ਜਿਹੜੀਆਂ ਦੀਵਾਰਾਂ ਨੇ ਸਾਈਡਾਂ 'ਤੇ, ਇਹ ਤੁਸੀਂ ਦੇਖ ਰਹੇ ਹੋ, ਇਹਨਾਂ ਦੀਆਂ ਜਿਹੜਾ ਇਸ ਤਰ੍ਹਾਂ ਪਾਣੀ, ਮਤਲਬ ਪਾਣੀ ਦੀ ਕਟਾਓ ਦੀ ਵਜ੍ਹਾ ਤੋਂ, ਬਹਾਓ ਦੀ ਵਜ੍ਹਾ ਤੋਂ ਇਹ ਜਿਹੜੀਆਂ ਦੀਵਾਰਾਂ ਨੇ, ਇੱਥੋਂ ਮਤਲਬ ਪਾਣੀ ਹੋ ਕੇ ਗੁਜ਼ਰਦਾ, ਔਰ ਕਾਫੀ ਚੀਜ਼ਾਂ ਜਿਹੜੀਆਂ ਨੇ ਅੰਦਰੋਂ
ਨਜ਼ਰ ਆ ਰਹੀਆਂ ਨੇ ਵਾਜ਼ੇ। ਇਹ ਹੱਡੀਆਂ ਵੀ ਤੁਸੀਂ ਦੇਖ ਰਹੇ ਹੋ ਸਾਹਮਣੇ, ਇਹ ਜਿਹੜਾ ਇਹ ਹੱਡੀਆਂ ਨੇ ਪਈਆਂ ਹੋਈਆਂ ਨੇ। ਅਸੀਂ ਚੱਲ ਕੇ ਦੇਖਦੇ ਹਾਂ ਕਿ ਇਹ ਜਿਹੜੀਆਂ ਹੱਡੀਆਂ ਨੇ ਇਹ ਕਿਸ ਚੀਜ਼ ਦੀਆਂ ਨੇ। ਅਤੇ ਬਾਅਦ ਜਗ੍ਹਾ 'ਤੇ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਬਿਲਕੁਲ ਇਨਸਾਨੀ ਢਾਂਚਾ ਪਿਆ ਹੋਵੇ, ਮਤਲਬ ਇਤਨੀ ਤਾਦਾਦ ਦੇ ਨਾਲ ਹੱਡੀਆਂ ਮਿਲਦੀਆਂ ਨੇ ਇਸ ਜਗ੍ਹਾ 'ਤੇ। ਇਹ ਸਾਰਾ ਦੇਖ ਰਹੇ ਹੋ ਤੁਸੀਂ, ਇਹ ਸਾਰਾ ਜਿਹੜਾ ਹੈ ਖੰਡਰਾਤ ਨੇ। ਔਰ ਇਸ ਸਾਈਡ 'ਤੇ ਅਸੀਂ ਚੱਲ ਕੇ ਇੱਕ ਚੀਜ਼ ਹੋਰ ਦੇਖਦੇ ਹਾਂ। ਇਹ ਦੇਖੋ, ਇਹ ਸਾਹਮਣੇ ਜਿਹੜੇ ਤੁਸੀਂ ਇਹ ਛੋਟੇ ਛੋਟੇ ਗੜੇ ਦੇਖ ਰਹੇ ਹੋ, ਇਹ ਕਿਸੇ ਜਾਨਵਰਾਂ ਨੇ ਮਾਰੇ ਹੋਏ ਨੇ। ਅਤੇ ਅਸੀਂ ਰਸਤਾ ਤਲਾਸ਼ ਕਰ ਰਹੇ ਹਾਂ ਇਸ ਜਗ੍ਹਾ 'ਤੇ ਜਾਣ ਦਾ, ਅੰਦਰ ਜਾਣ ਦਾ, ਤਾਂ ਕਿ ਤੁਹਾਨੂੰ ਅਸੀਂ ਇਹਦਾ ਜਿਹੜਾ ਵਾ ਕੁਝ ਚੀਜ਼ਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਸਕੀਏ। ਅਤੇ ਅਸੀਂ ਚੱਲਦੇ ਹਾਂ ਇਸ ਸਾਈਡ ਤੋਂ ਥੱਲੇ ਉੱਤਰਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੇ ਸਾਨੂੰ ਉੱਪਰ ਜਾਣਾ ਪਏਗਾ, ਉਸ ਤੋਂ ਬਾਅਦ ਜਿਹੜਾ ਸ਼ਾਇਦ ਇਸ ਜਗ੍ਹਾ ਤੋਂ ਸਾਨੂੰ ਰਸਤਾ ਜਿਹੜਾ ਉਹ ਮਿਲ ਜਾਏ। ਅੱਛਾ, ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਸਾਹਮਣੇ ਬਰਤਨ ਜਿਹੜੇ ਨੇ ਉਹ ਬਿਲਕੁਲ ਮਿੱਟੀ ਦੇ ਜਿਹੜੇ ਬਰਤਨ ਨੇ ਉਹ ਇਸ ਤਰ੍ਹਾਂ ਮਤਲਬ ਨਜ਼ਰ ਆ ਰਹੇ ਨੇ। ਅਤੇ ਇਹਨਾਂ ਦੇ ਵਿੱਚ ਜਿਹੜੀਆਂ ਹੱਡੀਆਂ ਨੇ ਉਹ ਵੀ ਸਾਨੂੰ ਇਹ ਦੇਖ ਰਹੇ ਹੋ, ਇਹ ਵੀ ਇੱਕ ਸਾਹਮਣੇ ਇਹ ਵੀ ਹੱਡੀ ਹੈ। ਇਹ ਹੁਣ ਕਿਸ ਚੀਜ਼ ਦੀਆਂ ਹੱਡੀਆਂ ਨੇ, ਇਨਸਾਨੀ ਹੱਡੀਆਂ ਨੇ, ਜਾਨਵਰਾਂ ਦੀਆਂ ਹੱਡੀਆਂ ਨੇ, ਕਾਫੀ ਹੱਦ ਤੱਕ ਜਿਹੜੀਆਂ ਉਹ ਹੱਡੀਆਂ ਨੇ ਇਹ ਇਨਸਾਨੀ ਹੱਡੀਆਂ ਨੇ, ਬਾਕੀ ਜਿਹੜੇ ਉਹ ਜਾਨਵਰਾਂ ਵਗੈਰਾ ਦੀਆਂ ਵੀ ਹੱਡੀਆਂ ਜਿਹੜੀਆਂ ਉਹ ਇਸ ਤਰ੍ਹਾਂ ਬਿਲਕੁਲ ਵਾਦੇ ਸਾਹਮਣੇ ਨਜ਼ਰ ਆਉਂਦੀਆਂ ਨੇ। ਔਰ ਇਹ ਚੀਜ਼ ਤੁਸੀਂ ਦੇਖੋ, ਇਹ ਜਿਹੜਾ ਹੁਣ ਇਸ ਜਗ੍ਹਾ 'ਤੇ ਅਸੀਂ ਤੁਹਾਨੂੰ ਇੱਕ ਦੀਵਾਰ ਦਿਖਾਈ ਸੀ, ਉਹ ਇਸ ਜਗ੍ਹਾ 'ਤੇ ਬਿਲਕੁਲ ਦੀਵਾਰ ਹੈ ਇਸ ਸਾਈਡ 'ਤੇ, ਇਹ ਜੀ ਦੀਵਾਰ ਹੈ। ਔਰ ਇਹ ਦੇਖੋ, ਇਹ ਜਿਹੜੇ ਇਹ ਦੇਖੋ, ਇਹ ਜੀ ਮਿੱਟੀ ਦੇ ਬਰਤਨ ਨੇ ਉਸ ਦੌਰ ਦੇ ਵਿੱਚ ਜਿਹੜੇ ਮਿੱਟੀ ਦੇ ਬਰਤਨ ਯੂਜ਼ ਹੁੰਦੇ ਸੀ ਉਹ ਇਸ ਤਰ੍ਹਾਂ ਦੇ ਹੁੰਦੇ ਸੀ। ਅੱਜ ਵੀ ਮਤਲਬ ਉਮੀਦ ਕਰਦੇ ਹਾਂ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਮਜ਼ੀਦ ਅੱਛੀ ਅੱਛੀ ਵੀਡੀਓਜ਼ ਵੇਖਣ ਵਾਸਤੇ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਸਾਨੂੰ ਫਾਲੋ ਔਰ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਉਹਨਾਂ ਨੂੰ ਰਿਕੁਐਸਟ ਹੈ ਕਿ ਫਾਲੋ ਔਰ ਸਬਸਕ੍ਰਾਈਬ ਕਰਨਾ ਮਤ ਭੁੱਲਣਾ, ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਸਾਡੀ ਹਰ ਨਈਂ ਮਜ਼ੀਦ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਸਾਨੂੰ ਦਿਓ ਇਜਾਜ਼ਤ, ਮਿਲਦੇ ਹਾਂ ਅਸੀਂ ਆਪਣੇ ਨਵੇਂ ਵਲੌਗ ਅੰਦਰ। ਅੱਲਾ ਨਿਗਹਿਬਾਨ।